ਚੋਣਾਂ ਦੀ ਪਨੀਰੀ ਵਿਜਨ ਦਾ ਟਾਈਮ ਨਜ਼ਦੀਕ ਆ ਰਿਹਾ ਹੈ। ਵੀਡੀਓ ਦੇ ਵਿੱਚ ਆਪਾਂ ਯੂਨੀਵਰਸਿਟੀ ਦੁਆਰਾ ਸਿਫਾਰਸ਼ ਕੀਤਾ ਗਿਆ ਸਮਾਂ ਅਤੇ ਪੰਜਾਬ ਸਰਕਾਰ ਦੁਆਰਾ ਜੋ ਡੇਟ ਨਿਸ਼ਚਿਤ ਹੋਏਗੀ ਉਸ ਅਨੁਸਾਰ ਪਨੀਰੀ ਕਦੋਂ ਵਿਜੀ ਜਾਵੇ ਉਹ ਸਬੰਧੀ ਇਸ ਵੀਡੀਓ 'ਚ ਗੱਲ ਕਰਾਂਗੇ। ਸ਼ੁਰੂਆਤ ਦੇ ਵਿੱਚ ਯੂਨੀਵਰਸਿਟੀ ਦੁਆਰਾ ਰეკਮੈਂਡਡ ਸਮੇਂ ਦੀ ਗੱਲ ਕਰਾਂਗੇ। ਬਾਅਦ ਦੇ ਵਿੱਚ ਆਪਾਂ ਜਿਹੜਾ ਹੈਗਾ ਚੋਣਾਂ ਲਾਉਣ ਦੇ ਹਿਸਾਬ ਦੇ ਨਾਲ ਪਨੀਰੀ ਕਦੋਂ ਵਿਜੀ ਜਾਵੇ ਉਹ ਸਬੰਧੀ ਗੱਲ ਕਰਾਂਗੇ। ਦੋਸਤੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਝੋਨੇ ਦੀਆਂ ਜਿਹੜੀਆਂ ਕਿਸਮਾਂ ਹੈ ਉਹਨਾਂ ਦੀ ਪਨੀਰੀ ਬੀਜਣ ਦੇ ਲਈ ਟਕਮਾ ਸਮਾਂ 20 ਮਈ ਤੋਂ ਲੈ ਕੇ 5 ਜੂਨ ਤੱਕ ਹੈ। ਠੀਕ ਹੈ। ਜਿਸ ਤਰ੍ਹਾਂ ਕਿ PR121 PR122 PR128 PR129 PR114 ਤੇ PR 113 ਇਹਦੀ ਪਨੀਰੀ ਬੀਜਨ ਦਾ ਸਮਾਂ ਯੂਨੀਵਰਸਿਟੀ ਦੁਆਰਾ 20 ਤੋਂ 25 ਮਈ ਦੱਸਿਆ ਗਿਆ ਹੈ ਜਦੋਂ ਕਿ PR 127 PR 124 HKR 47 ਦਾ ਸਮਾਂ 25 ਤੋਂ 31 ਮਈ ਦੱਸਿਆ ਗਿਆ ਹੈ PR 126 ਦੀ ਜਿਹੜੀ ਪਨੀਰੀ ਬੀਜਨ ਦਾ ਸਮਾਂ 25 ਮਈ ਤੋਂ 5 ਜੂਨ ਦੱਸਿਆ ਗਿਆ ਹੈ ਹੁਣ ਇਹ ਡੇਟ ਤਾਂ ਉਹ ਹੈ ਜਿਹੜੇ ਕਿ ਯੂਨੀਵਰਸਿਟੀ ਨੇ ਦੱਸਿਆ ਹੈ ਇਸ ਸਾਲ ਅੱਜ ਦੀ ਤਰੀਕ ਤੱਕ ਮੱਕੇ 5 ਮਈ 2021 ਤੱਕ ਪੰਜਾਬ ਸਰਕਾਰ ਨੇ ਚੋਣਾਂ ਲਾਉਣ ਦੀ ਤਰੀਕ ਨਿਸ਼ਚਿਤ ਨਹੀਂ ਕੀਤੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਸੂਚਨਾ ਜਾਰੀ ਕਰ ਦਿੱਤੀ ਜਾਊਗੀ ਜਿਹੜੀ ਕਿ 10 ਜੂਨ ਤੋਂ 20 ਜੂਨ ਦੇ ਵਿੱਚਕਾਰ ਜਾਂ 20 ਜੂਨ ਕੋਈ ਇਹੋ ਜੀ ਡੇਟ ਰਹਿ ਸਕਦੀ ਹੈ ਹੁਣ ਸਾਡੇ ਕੋਲ ਇਹ ਹੁੰਦਾ ਹੈ ਕਿ ਅਸੀਂ ਜਿਹੜੀਆਂ ਸਾਡੀਆਂ ਜਿਵੇਂ PR 121 ਚਲੋ 35 ਦਿਨ ਲੈ ਲੈਂਦੀ ਹੈ 122 128 129 114 113 127 ਜ਼ਿਆਦਾਤਰ ਵੈਰਾਈਟੀਆਂ ਅਸੀਂ ਲਗਭਗ 30 ਦਿਨ ਦੀ ਪਨੀਰੀ ਖੇਤ ਦੇ ਵਿੱਚ ਲਗਾਉਨੇ ਆ ਤਾਂ ਜੇਕਰ ਅਸੀਂ ਇਹ ਮੰਨ ਕੇ ਚੱਲਦੇ ਹਾਂ ਅੱਧ ਵਿਚਾਲਾ ਜਾ ਕੇ 15 ਮਈ ਨੂੰ ਅਸੀਂ ਪਨੀਰੀ ਬੀਜ ਦਿੰਨੇ ਆ ਤਾਂ 15 ਜੂਨ ਜੇਕਰ ਸਰਕਾਰ ਵੱਲੋਂ ਤਰੀਕ ਆ ਜਾਂਦੀ ਹੈ ਤਾ 15 ਜੂਨ ਨੂੰ ਅਸੀਂ ਖੇਤ ਦੇ ਵਿੱਚ ਇਹ ਇਹਨਾਂ ਨੂੰ ਆਰਾਮ ਦੇ ਨਾਲ ਲਗਾ ਸਕਦੇ ਹਾਂ ਤੇ 10 ਮਈ ਨੂੰ ਕਈ ਵੀਰ ਬੀਜਾਂ ਦੇ ਲਈ ਪਨੀਰੀ ਤਿਆਰ ਬੈਠੇ ਆ ਉਹ ਸਹੀ ਗੱਲ ਨਹੀਂ ਹੈਗੀ ਠੀਕ ਹੈ ਜਿਵੇਂ 124 ਦੀ ਪਨੀਰੀ ਇਹਨਾਂ ਨੇ 25 ਤੋਂ 30 ਦਿਨ ਦੀ ਕਹੀ ਹੈ 126 ਦੀ ਪਨੀਰੀ ਇਹਨਾਂ ਨੇ 25 ਤੋਂ 30 ਦਿਨ ਦੀ ਕਹੀ ਹੈ ਆਪਾਂ 126 ਦੀ 25 ਦਿਨ ਦੀ ਪਨੀਰੀ ਖੇਤ ਚ ਲਾਉਣੀ ਹੈ ਤੇ 26 ਦਾ ਜਿਹੜਾ ਪਿਛਲੇ ਸਾਲਾਂ ਦਾ ਤਜਰਬਾ ਇਹ ਦੱਸਦਾ ਹੈ ਕਿ ਜੁਲਾਈ ਦੇ ਪਹਿਲੇ ਹਫਤੇ ਖੇਤ ਦੇ ਵਿੱਚ ਪੀਆਰ 126 ਲਾਇਆ ਜਾਵੇ ਤਾਂ ਝਾੜ ਵਧ ਦਿੰਦਾ ਹੈ ਤੇ ਜੇ ਅਸੀਂ 1 ਜੁਲਾਈ ਨੂੰ ਇਹ ਲਗਾਉਣਾ ਹੈ ਤਾਂ ਫੇਰ ਇਹਦੀ ਪਨੀਰੀ ਦਾ ਟਾਈਮ ਤਾਂ 5 ਜੂਨ ਹੋਇਆ ਤਾਂ ਇਸ ਲਈ ਦੇਖਾ ਦੇਖੀ ਜਲਦੀ ਪਨੀਰੀ bizness ਸ਼ੁਰੂ ਨਾ ਕਰੋ ਪਨੀਰੀ ਜਿਹੜਾ ਹੈਗਾ ਹਜੇ ਤੀਕ ਰੁਕ ਜਾਵੋ ਜਿਵੇਂ ਜਿਹੜਾ ਹੈਗਾ ਸਰਕਾਰ ਵੱਲੋਂ ਐਲਾਨ ਹੁੰਦਾ ਆਉਣ ਵਾਲੇ 2-4 ਦਿਨਾਂ 'ਚ ਹੋ ਜਾਂਦਾ ਹੈ ਤਾ ਉਸ ਹਾਰ ਦੇ ਨਾਲ ਖੇਤ ਦੇ ਵਿੱਚ ਝੋਨਾ ਲਾਉਣ ਦੀ ਤਰੀਕ ਤੋਂ 30 ਦਿਨ ਪਹਿਲਾਂ ਵੱਧ ਤੋਂ ਵੱਧ 30 ਦਿਨ ਪਹਿਲਾਂ ਪਨੀਰੀ ਬੀਜੋ ਜੇ ਤੁਸੀਂ ਪਨੀਰੀ ਵੱਡੀ ਕਰ ਲੈਨੇ ਹੋ ਉਸ ਕੰਡੀਸ਼ਨ ਦੇ ਵਿੱਚ ਤੁਹਾਡੇ ਝੋਨੇ ਦਾ ਝਾੜ ਘਟਣਾ ਹੀ ਹੁੰਦਾ ਹੈ ਹਾਂ ਉਹ ਉਹਨਾਂ ਵੀਰਾਂ ਦੀ ਮੈਂ ਗੱਲ ਨਹੀਂ ਕਰਦਾ ਜਿੱਥੇ ਪਾਣੀ ਮਾੜਾ ਜ਼ਮੀਨ ਮਾੜੀ ਹੈ ਜਿੱਥੇ ਡੱਕੇ ਸੁੱਕ ਜਾਂਦੇ ਐ ਕਿਉਂਕਿ ਉਹਨਾਂ ਵੀਰਾਂ ਨੇ ਲਗਭਗ 40 ਦਿਨ ਦੀ ਪਨੀਰੀ ਲਾਉਣੀ ਐ ਉਹ ਆਪਣੀ ਪਨੀਰੀ ਦੇ ਵਿੱਚ ਉਹ 10 ਦਿਨ ਹੋਰ ਜੋੜ ਸਕਦੇ ਐ ਇਸ ਲਈ ਬਹੁਤੀ ਕਾਲੀ ਨਾ ਕੀਤੀ ਜਾਵੇ ਹਾਂ ਇੱਕ ਚੀਜ਼ ਹੋਰ ਭਾਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਜਾਂ ਜਿੰਨੇ ਵੀ ਖੇਤੀਮਾਰ ਐ ਸਭ ਦੁਆਰਾ ਇਹ ਹੀ ਕਿਹਾ ਜਾਂਦਾ ਹੈ ਕਿ ਪੂਸਾ 44 ਝੋਨੇ ਦੀ ਡੋਗਰ ਪੂਸਾ ਝੋਨੇ ਦੀ ਕਾਸ਼ਤ ਨਾ ਕੀਤੀ ਜਾਵੇ ਪਰੰਤੂ ਜ਼ਮੀਨੀ ਹਕੀਕਤ ਇਹ ਹੈਗੀ ਐ ਕਿ ਬਹੁਤ ਸਾਰੇ ਕਿਸਾਨ ਵੀਰ ਇਹਨਾਂ ਝੋਨੀਆਂ ਦੀ ਕਾਸ਼ਤ ਕਰਦੇ ਐ ਤਾਂ ਦੋਸਤੋ ਹੁਣ ਜੇਕਰ ਤੁਸੀਂ ਪੂਸਾ 44 ਪੀਲੀ ਪੂਸਾ ਡੋਗਰ ਪੂਸਾ ਖੇਤ ਚ ਲਾ ਰਹੇ ਹੋ ਯੂਨੀਵਰਸਿਟੀ ਨੇ ਸਾਫ਼ ਤੇ ਸਪਸ਼ਟ ਬਨਾ ਕੀਤਾ ਕਿ ਇਹਨਾਂ ਦੀ ਕਾਸ਼ਤ ਨਾ ਕੀਤੀ ਜਾਵੇ ਠੀਕ ਹੈ ਪਰੰਤੂ ਜੇ ਤੁਸੀਂ ਫੇਰ ਵੀ ਲਾ ਰਹੇ ਹੋ ਤਾਂ ਉਹਨਾਂ ਦੀ ਪਨੀਰੀ ਵੀ ਕਿਸੇ ਹਾਲਤ ਦੇ ਵਿੱਚ 10 ਮਈ ਤੋਂ ਪਹਿਲਾਂ ਖੇਤ ਦੇ ਵਿੱਚ ਨਾ ਬੀਜੋ ਸਹੀ ਗੱਲ ਤਾਂ ਇਹ ਹੋਏਗੀ ਕਿ ਉਹਨੂੰ ਵੀ ਤੁਸੀਂ 15 ਮਈ ਦੇ ਨੇੜੇ ਲੈ ਜਾਓ ਤਾਂ ਜ਼ਿਆਦਾ ਵਧੀਆ ਹੈ। ਜ਼ਿਆਦਾ ਅਗੇਤੀ ਪਨੀਰੀ ਬੀਜਾਂ ਦੇ ਨਾਲ ਦਿੱਕਤ ਇਹ ਹੁੰਦੀ ਆ ਆਪਾਂ ਇਹ ਕਹਿੰਨੇ ਕਿ ਯਾਰ ਝੋਨਾ ਅਸੀਂ ਕੋਈ ਪਨੀਰੀ ਵੱਡੀ ਕਰਕੇ ਲਾ ਲਾਂਗੇ। ਸਾਨੂੰ ਪਤਾ ਹੈ ਅਗਸਤ ਦੇ ਵਿੱਚ ਗਰਮੀ ਪੈਂਦੀ ਹੈ ਨੁਕਸਾਨ ਕਰਦੀ ਹੈ ਪਰੰਤੂ ਇਹ ਨਹੀਂ ਗਰਮੀ ਜਿਹੜੀ ਤੁਸੀਂ ਝੋਨੇ ਦੀ ਪਨੀਰੀ ਜਿਸ ਦਿਨ ਬੀਜਤੀ ਕਿ ਉਹ ਨਦੀ ਉਮਰ ਉਸ ਦਿਨ ਤੋਂ ਸ਼ੁਰੂ ਹੋ ਜਾਣੀ ਹੈ ਜੇ ਅਸੀਂ ਕਹਿੰਦੇ ਹਾਂ ਕਿ ਫਲਾਨੀ ਵੈਰੈਟੀ 147 ਦਿਨ ਲੈਂਦੀ ਹੈ ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਜਿਸ ਦਿਨ ਪਨੀਰੀ ਬੀਜਤੀ ਉਸ ਦਿਨ ਤੋਂ ਉਹਦੀ ਉਲਟੀ ਗਿਣਤੀ ਸ਼ੁਰੂ ਹੋਗੀ ਤਾਂ ਇਸ ਲਈ ਜਿਆਦਾ ਪਹਿਲਾਂ ਪਨੀਰੀ ਬੀਜ ਕੇ ਨਾ ਰੱਖੋ ਮੇਰੇ ਕੋਲ ਇਹੋ ਜਿਹੇ ਕਿਸਾਨ ਵੀ ਫੋਨ ਕਰਦੇ ਆ ਨਹੀਂ ਯਾਰ ਅਸੀਂ ਪਨੀਰੀ ਪਹਿਲਾਂ ਬੀਜ ਦਈਦੀ ਹੈ ਉਹਦੀ ਸੇਵਾ ਨਹੀਂ ਕਰੀਦੀ ਮੁੜ ਕੇ ਜਦੋਂ ਤਿਆਰ ਕਰਨੀ ਹੁੰਦੀ ਉਦੋਂ ਸੇਵਾ ਕਰ ਲਈਦੀ ਹੈ ਉਹ ਤੁਸੀਂ ਨੁਕਸਾਨ ਖਾਨੇ ਹੋ ਭਾਵੇਂ ਕਿ ਤੁਸੀਂ 80 ਮਨ ਝਾੜ ਕੱਢ ਲੈਨੇ ਹੋ ਤੁਹਾਡੀ ਜ਼ਮੀਨ ਚੰਗੀ ਹੈ ਪਰੰਤੂ ਜੇਕਰ ਤੁਸੀਂ ਉਹਦੇ ਵਿੱਚ 30 35 ਦਿਨ ਦੀ ਪਨੀਰੀ ਲਾਉਂਗੇ ਤਾਂ ਤੁਹਾਡਾ ਝਾੜ ਹੋਰ ਵੀ ਵੱਧ ਸਕਦਾ ਹੈ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਤਾਂ ਇਹੇ ਹੀ ਹਿਸਾਬ ਕਤਵ ਹੈ ਪਹਿਲੀ ਗੱਲ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਦਿੱਤੀਆਂ ਹੋਈਆਂ ਤਰੀਕਾਂ ਦੇ ਅਨੁਸਾਰ ਚੱਲਿਆ ਜਾਵੇ ਜੇਕਰ ਨਹੀਂ ਚੱਲਣਾ ਤਾਂ ਫੇਰ ਵੀ ਹਜੇ ਤੱਕ ਕੁਝ ਦਿਨ ਰੁਕੋ ਤਾਂ ਕਿ ਸਹੀ ਟਾਈਮ ਆਉਣ ਤੇ ਸਹੀ ਪਾਪਾ ਫਸਲ ਵੀ ਸਕੀਏ ਤੇ ਜਿਹੜੀ ਅਖੀਰ ਤੇ ਝੋਨੇ ਨਿਸਾਰੇ ਸਮੇਂ ਗਰਮੀ ਪੈਂਦੀ ਹੈ ਉਸ ਗਰਮੀ ਤੋਂ ਬਚ ਸਕੀਏ ਤੇ ਨਾਲ ਬਿਲਕੁਲ ਸਹੀ ਉਮਰ ਦੀ ਪਨੀਰੀ ਖੇਤ ਦੇ ਵਿੱਚ ਲਗਾ ਸਕੀਏ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ